ਗੁਰਮੁਖ ਪਿਆਰਿਓ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਅੱਜ ਆਪਾਂ ਬੇਨਤੀਆਂ ਜਿਹੜੀਆਂ ਨੇ ਗੁਰਦੀਪ ਸਿੰਘ ਖੇੜਾ ਦੇ ਬਾਰੇ ਕਰਨੀਆਂ ਨੇ ਕਿ ਜੋ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤਾ ਹੈ ਕਿ ਮੈਨੂੰ ਕੋਈ ਜੇਲ੍ਹ ਦੇ ਵਿੱਚ ਮਿਲਣ ਨਹੀਂ ਗਿਆ ਤੇ ਇਹ ਵੀ ਗੱਲ ਕਹੀ ਗਈ ਹੈ ਕਿ ਸਾਡੀ ਕਿਸੇ ਨੇ ਸਾਰ ਨਹੀਂ ਲਈ ਔਰ ਕੌਮੀ ਇਨਸਾਫ ਮੋਰਚੇ ਨੂੰ ਤੋੜਨ ਦੇ ਲਈ ਕੁਝ ਲੋਕ ਜਿਹੜੇ ਉੱਥੇ ਬੈਠੇ ਨੇ ਉਹੀ ਜ਼ਿੰਮੇਵਾਰ ਨੇ ਜਿਹੜੇ ਚਾਹੁੰਦੇ ਨੇ ਅਸੀਂ ਬਾਹਰ ਨਾ ਆਈਏ ਇਹਨਾਂ ਗੱਲਾਂ ਨੂੰ ਲੈ ਕੇ ਮੈਂ ਕੁਝ ਬੇਨਤੀਆਂ ਸਪਸ਼ਟ ਕਰ ਦੇਣੀਆਂ ਚਾਹੁੰਨਾ ਕਿਉਂਕਿ ਦੁਬਦਾਵਾਂ ਜਿਹੜੀਆਂ ਨੇ ਉਹ ਜ਼ਰੂਰ ਪਈਆਂ ਹੋਈਆਂ ਨੇ ਵਿੱਚ ਸਾਡੇ ਉਹਨਾਂ ਨੂੰ ਸਪਸ਼ਟ ਕਰਨਾ ਬੜਾ ਜ਼ਰੂਰੀ ਹੈ ਨਹੀਂ ਤੇ ਗੱਲਬਾਤ ਫਿਰ ਦੂਰ ਚਲੀ ਜਾਂਦੀ ਹੈ ਬੇਨਤੀਆਂ ਆਪਾਂ ਸਾਂਝੀਆਂ ਕਰਨ ਲੱਗੀਆਂ ਸਾਰੇ ਜਾਣੇ ਫਤਿਹ ਬਲਾਵਾਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਦੁਵਿਧਾਵਾਂ ਜਿਹੜੀਆਂ ਨੇ ਉਹ ਦੂਰ ਹੋਣੀਆਂ ਚਾਹੀਦੀਆਂ ਨੇ ਪੂਰੀਆਂ ਨਹੀਂ ਤੇ ਫਿਰ ਗੱਲਬਾਤ ਨਾ ਉਲਟ ਹੋ ਜਾਂਦੀ ਹੈ ਕੋਈ ਚੀਜ਼ਾਂ ਜਿਹੜੀਆਂ ਨੇ ਹੋਰ ਹੀ ਬਣ ਜਾਂਦੀਆਂ ਨੇ ਗੁਰਦੀਪ ਸਿੰਘ ਖੇੜਾ ਜਿਹੜੇ ਪਰੋਲ ਤੇ ਬਾਹਰ ਆਏ ਨੇ ਜਿਨ੍ਹਾਂ ਨੂੰ 2 ਮਹੀਨੇ ਦੀ ਪਰੋਲ ਦਿੱਤੀ ਗਈ ਹੈ ਤੇ ਆਪਾਂ ਸਵਾਗਤ ਕਰੀਏ ਜੀ ਉਸ ਪਰੋਲ ਦਾ 2 ਮਹੀਨੇ ਦੀ ਪਰੋਲ ਮਿਲੀ ਹੈ ਗੁਰਦੀਪ ਸਿੰਘ ਖੇੜਾ ਤੇ ਜੱਲੂਪੁਰ ਖੇੜਾ ਉਹਨਾਂ ਦਾ ਪਿੰਡ ਹੈ ਉਹੀ ਪਿੰਡ ਅਮਰਿਤਪਾਲ ਸਿੰਘ ਦਾ ਇੱਕੋ ਪਿੰਡ ਦੇ ਦੋ ਬੰਦੇ ਨੇ ਇੱਕ ਉਹ ਹੈ ਜਿਹੜਾ ਆਜ਼ਾਦ ਹੈ ਜਿਹੜਾ ਬਾਹਰ ਰਹਿ ਕੇ ਗੱਲ ਕਰ ਰਿਹਾ ਹੈ ਬੰਦੀ ਸਿੰਘ ਰਿਹਾ ਕਰੋ ਖਾਲਸਤਾਨ ਦੀ ਗੱਲ ਕਰਦਾ ਹੈ ਹੋਰ ਵੀ ਗੱਲਾਂ ਕਰਦਾ ਹੈ ਤੇ ਦੂਜੀ ਗੱਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹੋਈ ਬੇਅਦਬੀ ਦਾ ਇਨਸਾਫ ਮੰਗਦਾ ਹੈ ਤੇ ਦੂਜਾ ਬੰਦਾ ਉਹ ਹੈ ਜਿਹੜਾ ਪਿਛਲੇ 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਕੈਦ ਹੈ ਉਹ ਵੀ ਉਸੇ ਪਿੰਡ ਦਾ ਦੋਨਾਂ ਦੇ ਵਿੱਚ ਆਪਸੀ ਮਨ ਮਟਾਪ ਹੋਣਗੇ ਚਲੋ ਆਪਾਂ ਅਮਰਤਪਾਲ ਸਿੰਘ ਦੀ ਗੱਲ ਕਰ ਅਮਰਤਪਾਲ ਸਿੰਘ ਬਹੁਤ ਛੋਟਾ ਹੈ ਜੀ ਗੁਰਦੀਪ ਤੋਂ ਤੇ ਗੁਰਦੀਪ ਸਿੰਘ ਪਿਛਲੇ ਦਿਨਾਂ ਦੇ ਵਿੱਚ ਕਹਿੰਦਾ ਸੀ ਮੈਨੂੰ ਕੋਈ ਮਿਲਣ ਨਹੀਂ ਗਿਆ ਅਮਰਤਪਾਲ ਦੀ ਤੇ ਉਮਰੀ ਵਾਲੀ ਛੋਟੀ ਹੈ 4 ਸਾਲ ਛੋਟਾ ਹੈ ਮੇਰੇ ਤੋਂ ਹਜੇ ਇਹਨੂੰ ਕੁਝ ਨਹੀਂ ਪਤਾ ਇਹ ਨਿਆਣਾ ਆ ਚਲੋ ਉਮਰ ਦੇ ਵਿੱਚ ਨਿਆਣਾ ਹੋਊਗਾ ਪਰ ਜੇ ਆਪਾਂ ਤਰੀ ਤਕਰੀਰ ਵੇਖੀਏ ਦਲੀਲ ਵੇਖੀਏ ਅਪੀਲ ਵੇਖੀਏ ਤੇ ਤਕੜੀ ਹੈ ਨੌਜਵਾਨ ਦੀ ਉਮਰਾਂ ਤਕਾਜ਼ੇ ਨਹੀਂ ਰੱਖਦੀਆਂ ਉਮਰਾਂ ਮੈਨੇ ਨਹੀਂ ਰੱਖਦੀਆਂ ਜਦੋਂ ਬੰਦਾ ਪੰਥ ਦੇ ਲਈ ਗੱਲ ਕਰਨ ਲੱਗ ਜੇ ਸੋਚਣ ਲੱਗ ਜੇ ਕਈ ਵਾਰੀ ਛੋਟੇ ਤੋਂ ਛੋਟਾ ਉਮਰ ਦਾ ਬੱਚਾ ਵੀ ਵਧੀਆ ਕੰਮ ਦੀ ਗੱਲ ਕਰ ਜਾਂਦਾ ਹੈ ਉਮਰਾ ਮੈਨੇ ਨਹੀਂ ਰੱਖਦੀਆਂ ਹੁੰਦੀਆਂ ਸੋ ਪਿਆਰਿਓ ਮੈਂ ਬੇਨਤੀ ਕਰਾਂ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਇਹ ਗੱਲ ਸਪਸ਼ਟ ਕਰਤੀ ਕਿ ਗੁਰਦੀਪ ਸਿੰਘ ਖੇੜਾ ਮੇਰੇ ਪਿੰਡ ਦੀ ਨੇ ਤੇ ਅਸੀਂ ਉਹਨਾਂ ਨੂੰ ਮਿਲਣ ਵੀ ਗਏ ਆ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਵੀ ਹੋਈ ਹੈ ਤੇ ਅਸੀਂ ਤਸਵੀਰ ਵੀ ਖਿੱਚੀ ਹੈ ਉਹ ਤਸਵੀਰ ਅਸੀਂ ਖਿੱਚ ਜ਼ਰੂਰ ਲਈ ਪਰ ਗੁਰਦੀਪ ਸਿੰਘ ਖੇੜਾ ਦਾ ਮੰਨਣਾ ਸੀ ਕਿ ਇਹ ਤਸਵੀਰ ਸੋਸ਼ਲ ਮੀਡੀਆ ਤੇ ਨਾ ਪਾਇਓ ਸਾਡੇ ਕੋਲੇ ਮੌਜੂਦ ਹੈ ਤਸਵੀਰ ਉਹ ਕਹਿੰਦੇ ਸਾਡੀ ਪੈਰੋਲ ਤੇ ਫਿਰ ਅਸਰ ਪੈਂਦਾ ਹੈ ਸਾਡੀ ਰਿਹਾਈ ਤੇ ਅਸਰ ਹੋ ਜਾਂਦਾ ਹੈ ਤੇ ਪਬਲਿਸਿਟੀ ਹੋ ਜਾਂਦੀ ਹੈ ਬਾਦੂ ਦੀ ਫਿਰ ਉਹ ਚੀਜ਼ਾਂ ਨੇ ਸਾਡੀ ਜਿਹੜੀ ਹੈ ਰਿਹਾਈ ਤੇ ਅਸਰ ਕਰਦੀਆਂ ਨੇ ਇਸ ਕਰਕੇ ਇਹ ਜਿਹੜੀਆਂ ਤਸਵੀਰਾਂ ਨੇ ਫੋਟੋਆਂ ਨੇ ਇਹਨਾਂ ਨੂੰ ਵਾਇਰਲ ਨਾ ਕਰਿਓ ਅਸੀਂ ਉਹਨਾਂ ਦਾ ਹਾਲਚਾਲ ਵੀ ਪੁੱਛ ਕੇ ਆਏ ਆਂ ਇਹ ਗੱਲ ਜਿਹੜੀ ਹੈ ਉਹਨਾਂ ਨੇ ਕਹੀ ਹੈ ਅਮਰਤਪਾਲ ਦੇ ਬਾਰੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਅਮਰਤਪਾਲ ਸਿੰਘ ਨੇ ਕਿ ਕੋਈ ਗੱਲ ਨਹੀਂ ਉਹ ਸਾਡੇ ਤੋਂ ਵੱਡੇ ਨੇ ਜੇ ਕੁਝ ਕਹਤਾ ਕੋਈ ਗੱਲ ਨਹੀਂ ਤੇ ਉਹ ਕਹਿ ਰਹੇ ਨੇ ਕਿ ਸਾਨੂੰ ਕੋਈ ਮਿਲਣ ਨਹੀਂ ਗਿਆ ਅਸੀਂ ਮਿਲ ਕੇ ਆਇਆ ਤੇ ਉਹ ਤਸਵੀਰ ਪਾਉਣ ਤੋਂ ਵੀ ਮਨਾ ਕਰਦੇ ਨੇ ਤੇ ਹੋ ਸਕਦਾ ਮਿਲਣ ਤੇ ਵੀ ਇਤਰਾਜ਼ ਹੋਵੇ ਤੇ ਅਸੀਂ ਇੱਕ ਵਾਰ ਮਿਲ ਕੇ ਆਇਆ ਅਸੀਂ ਦੁਬਾਰੇ ਨਹੀਂ ਗਏ ਅਸੀਂ ਤਸਵੀਰ ਵੀ ਖਿੱਚੀ ਪਰ ਪਾਈ ਨਹੀਂ ਹੈਗੀ ਅਸੀਂ ਇਸੇ ਕਰਕੇ ਨਹੀਂ ਦੁਬਾਰਾ ਗਏ ਕਿ ਉਹਨਾਂ ਦੀ ਪੈਰੋਲ ਤੇ ਅਸਰ ਨਾ ਪਵੇ ਉਹਨਾਂ ਦਾ ਬਾਹਰ ਆਉਣਾ ਜ਼ਰੂਰੀ ਹੈ ਸਾਨੂੰ ਉਹ ਜ਼ਰੂਰੀ ਨਹੀਂ ਉਹਨਾਂ ਦਾ ਬਾਹਰ ਆਉਣਾ ਬੜਾ ਜ਼ਰੂਰੀ ਹੈ ਅਸੀਂ ਇਸ ਕਰਕੇ ਨਹੀਂ ਗਏ ਕਿਉਂਕਿ ਸਾਨੂੰ ਜ਼ਰੂਰੀ ਲੱਗਦਾ ਹੈ ਉਹ ਬਾਹਰ ਆਉਣੇ ਜ਼ਰੂਰੀ ਨੇ ਅਸੀਂ ਦੁਬਾਰੇ ਨਹੀਂ ਗਏ ਸਾਡਾ ਮਨ ਮੰਨਦਾ ਹੈ ਅਸੀਂ ਨਹੀਂ ਗਏ ਇਹ ਗੱਲ ਤਾਂ ਜਿਹੜੀ ਵੱਖਰੀ ਹੈ ਨਾ ਇਹ ਗੱਲ ਤੇ ਜੁਦਾ ਤੋਂ ਅੱਗੇ ਵੀ ਹਾਂ ਭਾਈ ਅਸੀਂ ਗਏ ਨਹੀਂ ਹੈਗੇ ਪਰ ਕਿਉਂ ਨਹੀਂ ਗਏ ਉਹਨਾਂ ਕਾਰਨ ਵੀ ਦੱਸਦਾ ਪਰ ਗੁਰਦੀਪ ਸਿੰਘ ਖੇੜਾ ਦਾ ਮੰਨਣਾ ਕਿ ਕੋਈ ਨਹੀਂ ਗਿਆ ਤੇ ਹਾਂ ਉਹਨਾਂ ਵਿੱਚ ਕੋਈ ਨਹੀਂ ਗਿਆ ਹੋਊਗਾ ਜਿਹੜਾ ਨਹੀਂ ਗਿਆ ਸਾਨੂੰ ਪਤਾ ਕਿਹੜਾ ਕਿਹੜਾ ਨਹੀਂ ਗਿਆ ਪਰ ਜਿਹੜਾ ਗਿਆ ਉਹਨੇ ਸਪਸ਼ਟ ਕਰਤਾ ਵੀ ਮੈਂ ਗਿਆ ਸੀ ਦੂਜੀ ਗੱਲ ਇਹ ਹੈ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਪਿਆਰਿਓ ਉਹ ਮੋਰਚੇ ਦੇ ਵਿੱਚ ਕੁਝ ਬੰਦੇ ਅਜੇਹੇ ਨੇ ਜਿਹੜੇ ਚਾਹੁੰਦੇ ਨੇ ਅਸੀਂ ਬਾਹਰ ਨਾ ਆਈਏ ਜੋ ਉਹਨਾਂ ਨੇ ਗੱਲ ਕਹੀ ਹੈ ਤਾਰੋ ਪੀੜ ਕਰਨ ਦੇ ਲਈ ਉਹ ਲੋਕ ਕਾਲੇ ਨੇ ਮੋਰਚਾ ਖਿੰਡ ਜੇ ਮੋਰਚਾ ਇੱਥੋਂ ਚੱਕਿਆ ਜਾਵੇ ਮੋਰਚਾ ਇੱਥੋਂ ਫਟਾਫਟ ਚਲਿਆ ਜਾਵੇ ਕੁਝ ਲੋਕ ਉਹਦੇ ਵਿੱਚ ਅਜੇਹੇ ਜੁੜੇ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ ਹਿੰਸਾ ਹੋਈ ਹੈ ਮੈਂ ਰਾਤ ਵੀ ਬੇਨਤੀ ਕੀਤੀ ਸੀ ਕਿ ਉਹਦੇ ਵਿੱਚ ਕੁਝ ਅਜੇਹੇ ਬੰਦੇ ਸੀ ਜਿਨ੍ਹਾਂ ਨੇ ਜਾਣ ਬੁੱਝ ਕੇ ਪ੍ਰਸ਼ਾਸਨ ਦੇ ਨਾਲ ਪੰਗਾ ਲਿਆ ਪੱਥਰ ਮਾਰੇ ਡਾਂਗਾ ਮਾਰੀਆਂ ਤੇ ਉਹਦੇ ਵਿੱਚ ਕੁਝ ਅਜੇਹੇ ਵੀ ਲੋਕ ਸੀ ਜਿਨ੍ਹਾਂ ਨੇ ਪੁਲਿਸ ਕਰਮਚਾਰੀਆਂ ਨੂੰ ਬਚਾਇਆ ਤੇ ਕੁਝ ਪੁਲਿਸ ਵਾਲੀਆਂ ਭੈਣਾਂ ਸੀ ਉਹਨਾਂ ਨੂੰ ਬਚਾਇਆ ਸੇਫਲੀ ਉਹਨਾਂ ਨੂੰ ਉਹਨਾਂ ਦੇ ਕੁਆਟਰਾਂ ਤੱਕ ਛੱਡ ਕੇ ਆਏ ਭਾਵ ਜਿੱਥੇ ਉਹਨਾਂ ਦਾ ਕੈਂਪ ਜਿੱਥੇ ਉਹਨਾਂ ਦੀ ਟੁਕੜੀ ਖੜੀ ਸੀ ਪੁਲਿਸ ਦੀ ਉੱਥੇ ਤੱਕ ਸੇਫਲੀ ਪਹੁੰਚਾ ਕੇ ਆਏ ਉਹਨਾਂ ਕੁਝ ਪੁਲਿਸ ਵਾਲੇ ਵਿੱਚ ਅਜੇਹੇ ਸੀ ਜਿਨ੍ਹਾਂ ਨੇ ਜਾਣ ਬੁੱਝ ਕੇ ਡਾਂਗਾ ਮਾਰਿਆ ਭੈਣ ਰਾਜਕੌਰ ਗਿੱਲ ਦੇ ਸਿਰ ਦੇ ਵਿੱਚ ਇੰਨੀ ਭੈੜੀ ਕਮਾ ਕੇ ਡਾਂਗ ਮਾਰੀ ਐ ਉਸ ਭੈਣ ਦਾ ਜਿਹੜਾ ਸਿਰ ਹੈ ਨਾ ਪਿੱਛੋਂ ਦੁਫਾੜ ਹੋ ਗਿਆ ਫਟ ਗਿਆ ਉਹਦਾ ਸਿਰ ਮੈਨੂੰ ਨਹੀਂ ਲੱਗਦਾ ਵੀ ਉਹ ਸ਼ਾਇਦ 7-8 ਮਹੀਨਿਆਂ ਤੱਕ ਰਿਕਵਰ ਹੋ ਪਾਊਗੀ ਹੋ ਸਕਦਾ ਬੱਦ ਸਮਾਂ ਲੱਗ ਜਾਏ ਤੇ ਸਾਨੂੰ ਸੋਚਣਾ ਚਾਹੀਦਾ ਹੈ ਕਈ ਪੁਲਿਸ ਵਾਲੇ ਵਿੱਚ ਅਜੇਹੇ ਸੀ ਜਿਹੜੇ ਹੱਥ ਬਨ ਕੇ ਖੜ ਗਏ ਉਹ ਕਹਿੰਦੇ ਅਸੀਂ ਤੁਹਾਡੇ ਡਾਂਗ ਨਹੀਂ ਮਾਰ ਸਕਦੇ ਤੁਸੀਂ ਸਾਡੇ ਮਾਰਨੀਆਂ ਮਾਰ ਲਓ ਪਰ ਅਸੀਂ ਨਹੀਂ ਤੁਹਾਡੇ ਮਾਰ ਸਕਦੇ ਸਾਡੀ ਡਿਊਟੀ ਹੈ ਅਸੀਂ ਕੀ ਕਰੀਏ ਮਜਬੂਰੀ ਹੈ ਪਰ ਮੇਰੇ ਹੱਥ ਬੰਨੇ ਹੋਏ ਨੇ ਕਹਿੰਦਾ ਇਹ ਮਜਬੂਰੀ ਹੈ ਬਸ ਇਹਨੂੰ ਸਮਝ ਲਓ ਸਾਥ ਵੀ ਦਿੱਤਾ ਜੀ ਨੌਜਵਾਨਾਂ ਨੇ ਪਰ ਉਹਦੇ ਵਿੱਚ ਕੁਝ ਅਜਿਹੇ ਬੰਦੇ ਸੀ ਜਿਹੜੇ ਅੱਗ ਲਾ ਕੇ ਕਹਿੰਦੇ ਅੱਗ ਲਾਈ ਡੱਬੂ ਕੁੱਤਾ ਕੰਧ ਤੇ ਕੁਝ ਅਜਿਹੇ ਬੰਦੇ ਸੀ ਜਿਹੜੇ ਮੋਰਚੇ ਦੇ ਵਿੱਚ ਅਜਿਹੀਆਂ ਪੜਕਾਉ ਗੱਲਾਂ ਕਰਕੇ ਆਏ ਮਾਹੌਲ ਨੂੰ ਗਰਮ ਕੀਤਾ ਪੜਕਾਇਆ ਤੇ ਆਪੋ ਆਪਣੇ ਪਿੰਡਾਂ ਨੂੰ ਪੂੰਛਾ ਚੱਕ ਕੇ ਭੱਜਿਆ ਤੇ ਮੋਰਚੇ ਨੂੰ ਖਾਲੀ ਕਰਿਆ ਅਜਿਹੇ ਬੰਦੇ ਸੀ ਉੱਥੇ ਕੁਝ ਹੈਗੇ ਨੇ ਹਜੇ ਵੀ ਮੌਜੂਦ ਨੇ ਪਰ ਮੈਂ ਬੇਨਤੀ ਕਰਾਂ ਅਜਿਹਿਆਂ ਲੋਕਾਂ ਤੋਂ ਸਾਨੂੰ ਬਚਣ ਦੀ ਜ਼ਰੂਰਤ ਹੈ ਅਜਿਹੇ ਬੰਦੇ ਨੇ ਜਿਹੜੇ ਸਰਕਾਰਾਂ ਦੇ ਸ਼ਾਇਦ ਹੋ ਸਕਦੇ ਨੇ ਤੇ ਸਾਡੇ ਮੋਰਚੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ ਅਜਿਹੀਆਂ ਖਰਾਬ ਨੀਤੀਆਂ ਚੀਜ਼ਾਂ ਕਰਕੇ ਮੋਰਚੇ ਤੇ ਬਹੁਤ ਵੱਡਾ ਅਸਰ ਪਊਗਾ ਇਹ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਇਹ ਚੀਜ਼ਾਂ ਸਾਨੂੰ ਜਰੂਰ ਸੋਚਣੀਆਂ ਚਾਹੀਦੀਆਂ ਨੇ ਵਿਚਾਰਨੀਆਂ ਚਾਹੀਦੀਆਂ ਨੇ ਜੇ ਅਸੀਂ ਨਹੀਂ ਸੋਚਾਂਗੇ ਤੇ ਹਾਲਾਤ ਬਹੁਤ ਮਾੜੇ ਹੋ ਸਕਦੇ ਨੇ ਗੱਲਾਂ ਬਾਤਾਂ ਬਹੁਤ ਮਾੜੀਆਂ ਹੋ ਸਕਦੀਆਂ ਨੇ ਸਜਣੋ ਇਹ ਗੱਲਾਂ 'ਚ ਧਿਆਨ ਰੱਖਿਆ ਕਰੋ ਖਾਸ ਤੌਰ ਤੇ ਇਹ ਚੀਜ਼ਾਂ ਨੂੰ ਵਿਚਾਰਿਓ ਖਾਸ ਤੌਰ ਤੇ ਜੇ ਨਹੀਂ ਵਿਚਾਰਾਂਗੇ ਤੇ ਔਖਾ ਸਾਡੇ ਲਈ ਹੋਊਗਾ ਇਹ ਚੀਜ਼ ਜ਼ਰੂਰ ਗੌਰ ਕਰਿਓ ਇਸ ਤੇ ਗੁਰਮੁਖ ਪਿਆਰਿਓ ਮੋਰਚੇ ਨੂੰ ਬਚਾਉਣਾ ਹੈ ਅਸੀਂ ਚੜ੍ਹਦੀ ਕਲਾ ਵਾਲ ਲੈ ਕੇ ਜਾਣਾ ਹੈ ਮੋਰਚੇ ਨੂੰ ਠੱਡਾ ਨਹੀਂ ਪੈਂਡ ਦੇਣਾ ਮੋਰਚੇ ਨੂੰ ਅਸੀਂ ਖਰਾਬ ਨਹੀਂ ਕਰਨਾ ਮੋਰਚੇ ਨੂੰ ਅਸੀਂ ਚੜ੍ਹਦੀ ਕਲਾ ਚ ਲੈ ਕੇ ਜਾਣਾ ਮੋਰਚੇ ਦੀ ਅਸੀਂ ਜਿੱਤ ਵੇਖਣੀ ਹੈ ਅਸੀਂ ਇਨਸਾਫ ਹੁੰਦਾ ਵੇਖਣਾ ਹੈ ਆਪਣੀ ਹੱਕ ਦੀ ਗੱਲ ਵੇਖਣੀ ਹੈ ਸੋ ਪਿਆਰਿਓ ਇਹ ਗੱਲਾਂ ਸਾਨੂੰ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਸਿੱਖਣੀਆਂ ਚਾਹੀਦੀਆਂ ਨੇ ਸੋ ਗੁਰਮਖ ਪਿਆਰਿਓ ਐਨੀਆ ਕੋ ਬੇਨਤੀਆਂ ਪਰਵਾਨ ਕਰਿਓ ਮੋਰਚੇ ਦਾ ਖਾਸ ਧਿਆਨ ਰੱਖੋ ਮੋਰਚੇ ਨੂੰ ਜਰੂਰ ਬਚਾ ਕੇ ਰੱਖੋ ਜਿੰਨਾ ਹੋ ਸਕਦਾ ਹੈ ਮਾੜੀਆਂ ਨੀਤੀਆਂ ਤੋਂ ਮਾੜੇ ਅੰਸਰਾਂ ਤੋਂ ਧਿਆਨ ਰੱਖੋ ਖੁਦ ਬਚਾਅ ਕਰੋ ਜਿੰਨਾ ਹੋ ਸਕਦਾ ਸੋ ਬੇਨਤੀਆਂ ਪਰਵਾਨ ਕਰਿਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ